ਲੋ ਜੀ ਦੋਸਤੋ ਇਸ ਵੇਲੇ ਅਸੀਂ ਚੱਕ ਨੰਬਰ 295 ਅੱਡਾ ਦਰਸ ਬੋਰਡ ਤੇ ਬੈਠੇ ਆ ਤੇ ਬਜ਼ੁਰਗਾਂ ਦੇ ਨਾਲ ਬੈਠੇ ਆ ਇਹਨਾਂ ਨਾਲ ਤਾਰਫ ਸਾਡਾ ਹੋਇਆ ਤੇ ਨਾਮ ਕੀ ਦੱਸਿਆ ਤੁਸੀਂ ਆਪਣਾ ਖਾਦਮ ਹੁਸੈਨ ਖਾਦਮ ਹੁਸੈਨ ਤੇ ਕਿੱਥੋਂ ਦਾ ਜੰਮਪਲ ਆਪਣਾ ਪੈਦਾਇਸ਼ ਕਿੱਥੋਂ ਦੀ ਹੈ ਮੀਆਂ ਚੰਨੂ ਦੀ ਅੱਠ ਚੱਕ ਬਹੁ ਸੁਲਤਾਨ ਦੀ ਅੱਠ ਚੱਕ ਬਹੁ ਸੁਲਤਾਨ ਦੀ ਬਹੁ ਸੁਲਤਾਨ ਜੀ ਇਹ ਬਹੁ ਸੁਲਤਾਨ ਦੇ ਨੇੜੇ ਆ ਕਿਧਰੇ ਨਹੀਂ ਉਹ ਪਰਾਂ ਵੈਸੇ ਗੁਰਾਟਾਂ ਦੀ ਪੁਲ ਮਸ਼ਹੂਰ ਹੈ ਗੁਰਾਟਾਂ ਵਾਲੀ ਪੁਲ ਹਾਂ ਜੀ ਤੇ ਵੈਸੇ ਬਹੁ ਸੁਲਤਾਨ ਦੇ ਇੱਥੇ ਗੜ ਮਹਾਰਾਜਾ ਦੇ ਕੋਲ ਹੈ ਨਾ ਨਹੀਂ ਅਸਾਂ ਪਿੱਛੋਂ ਸੀ ਅੱਛਾ ਪਿੰਡੇ ਚ ਤੇ ਜਦੋਂ ਪਾਕਿਸਤਾਨ ਬਣਿਆ ਹਾਂ ਜੀ ਉਸ ਟਾਈਮ ਤੁਸੀਂ ਕਿੰਨੀ ਕੁ ਉਮਰ ਸੀ ਤੁਹਾਡੀ ਸਾਡੀ ਇੰਨੀ ਉਮਰ ਆਈ ਚੰਗੇ ਭਲਾ ਸਮੇਂ ਵਿੱਚ ਅੱਛਾ ਸਰ ਮਾਂ ਪਿਓ ਛੱਤਾਂ ਤੋਂ ਬਾਇਆ ਆਏ ਛੱਤਾਂ ਤੇ ਤੁਹਾਨੂੰ ਬਿਠਾ ਦਿੱਤਾ ਬਿਠਾ ਦਿੱਤਾ ਤੇ ਤੁਹਾਡੇ ਪਿੰਡ 'ਚ ਕੋਈ ਕੌਣ ਕੌਣ ਕਿਹੜੀਆਂ ਕੌਮਾਂ ਰਹਿੰਦੀਆਂ ਸੀ ਸਾਡੀ ਪਿੰਡ ਜਿਹੜਾ ਜਾਨ ਸਿਰੇ ਵੀ ਪਰੂ ਸਾਰੇ ਸਿੱਖਾਂ ਦਾ ਚੱਕ ਆਈ ਕਿਹੜਾ ਸੱਤ ਚੱਕ ਸੱਤ ਚੱਕ ਜੀ ਹਾਂ ਮੀਆਂ ਚੰਨੂ ਦੇ ਨਾਲ ਹਾਂ ਮੀਆਂ ਚੰਨੂ ਸਿੱਖਾਂ ਦਾ ਚੱਕ ਆਈ ਅੱਛਾ ਅੱਠ ਚੱਕ ਦੇ ਨਾਲ ਅੱਠ ਦੇ ਨਾਲ ਅੱਠ ਦੇ ਨਾਲ ਅੱਠ 'ਚ ਵੀ ਬੈਠੇ ਸੀ ਕੋਈ ਤੁਹਾਡੇ ਚੱਕ 'ਚ ਵੀ ਨਹੀਂ ਸਾਡੇ ਚੱਕ 'ਚ ਕੋਈ ਨਹੀਂ ਉੱਪਰਾਂ ਬੈਠੇ ਸਾਡੇ ਮੁਸਲਮਾਨ ਬੈਠੇ ਤੇ ਹੋਰ ਹਿੰਦੂ ਹਿੰਦੂ ਪਰਾਂ ਤੁਹਾਡੇ ਚੱਕ ਉਹ ਸੱਤ 'ਤੇ ਚੱਲ ਅੱਛਾ ਤੁਹਾਡੇ ਚੱਕ 'ਚ ਕੋਈ ਦੁਕਾਨਦਾਰ ਕੋਈ ਹਿੰਦੂ ਕੋਈ ਇਵੇਂ ਕਿਰਾੜ ਹੋ ਨਾ ਨਾ ਸਾਡੇ ਚੱਕ 'ਚ ਕੋਈ ਨਹੀਂ ਅੱਛਾ ਅੱਗੇ ਤੁਸੀਂ ਜ਼ਿਕਰ ਕੀਤਾ ਕੋ ਨਾਂ ਦੱਸੇ ਸਾਨੂੰ ਹਾਂ ਉਹ ਕਿਹੜੇ ਇੱਕ ਮਨਸ਼ਾਈ ਸਿੱਖ ਮਨਸ਼ਾ ਸਿੱਖ ਅੱਛਾ ਇੱਕ ਆਈ ਰਾਮ ਚੰਦ ਰਾਮ ਚੰਦ ਉਹ ਹਿੰਦੂ ਉਹ ਤੁਹਾਡੇ ਚੱਕ 'ਚ ਹਨ ਕਿੱਥੇ ਨਾ ਉਪਰਾਂ ਅੱਛਾ ਗਾ ਥੋੜਾ ਹਟਵੇਂ ਹਨ ਨਾ ਉਹ ਆਪਣੇ ਚੱਕ 'ਚ ਹਨ ਆਂਦੇ ਵੰਦੇ ਹਨ ਸਾਡੇ ਕੋਲ ਅੱਛਾ ਉਹ ਆਂਦੇ ਵੰਦੇ ਹਨ ਸਾਡੇ ਪਿਓ ਕੋਲ ਆਂਦੇ ਹਨ ਸੱਚ ਤੁਹਾਡੇ ਸਾਰੇ ਅੱਬੇ ਕੋਲ ਆਂਦੇ ਤੁਹਾਡੇ ਅੱਬੇ ਦਾ ਨਾਂ ਕੀ ਸੀ ਮੁਹੰਮਦ ਯਾਰ ਮੁਹੰਮਦ ਯਾਰ ਦੇਖੀ ਕੁਸ਼ਤੀ ਕਿਹੜੀ ਜਗ੍ਹਾ ਸੀ ਕੁਸ਼ਤੀ ਈਸਾਈਆਂ ਵਾਲਾ ਚੱਕ ਈਸਾਈਆਂ ਵਾਲਾ ਜੀ ਮੁਸਲਮਾਨ ਈਸਾਈਆਂ ਈਸਾਈਆਂ ਵਾਲਾ ਚੱਕ ਕੁਸ਼ਤੀ ਹੁੰਦੀਆਂ ਈਸਾਈਆਂ ਚ ਵੀ ਕੋਈ ਕੁਸ਼ਤੀ ਲੜਦਾ ਸੀ ਈਸਾਈ ਵੀ ਹਾਂ ਈਸਾਈ ਉਹਦਾ ਕੀ ਨਾਂ ਯਾਰ ਉਹਦੇ ਨਾਲ ਸੁਲੇਮਾਨ ਆ ਈਸਾਈ ਸੁਲੇਮਾਨ ਜੀ ਉਹ ਜਿਹੜਾ ਗੱਭਰੂ ਆਈ ਕ੍ਰਿਸਚਨ ਚੰਗਾ ਗੱਭਰੂ ਆਈ ਚੰਗਾ ਗੱਭਰੂ ਆਈ ਅੱਛਾ ਹਾਂ ਜੀ ਤੇ ਫਿਰ ਕਿਹਨੇ ਢਾਇਆ ਉਹ ਈਸਾਈ ਢਾ ਗਿਆ ਈਸਾਈ ਢਾ ਗਿਆ ਸੀ ਗੁਰਨਾਮ ਨੂੰ ਹਾਂ ਗੁਰਨਾਮ ਉਹਦਾ ਵੀ ਫਿਰ ਚੰਗਾ ਨਾਂ ਹੋ ਸੀ ਹਾਂ ਜੀ ਅੱਛਾ ਅੱਛਾ ਤੇ ਇਹ ਦੱਸੋ ਕਿ ਤੁਹਾਡਾ ਤੁਸੀਂ ਵੀ ਕੋਈ ਤੁਹਾਡਾ ਹਾਣੀ ਵੀ ਕੋਈ ਹਾਈ ਸਿੱਖਾਂ ਹਿੰਦੂ ਦੇ ਬੱਚਿਆਂ 'ਚ ਕੋਈ ਜਿਹੜਾ ਤੁਹਾਨੂੰ ਛੋਟੇ ਛੋਟੇ ਸੀ ਨਾ ਅੱਛਾ ਏਡੇ ਏਡੇ ਲੜਦੇ ਸੀ ਆਪਾਂ ਤਾਂ ਮੁਸਲਮਾਨ ਲੜਦਾ ਸੀ ਕੁਸ਼ਤੀ ਮੁਸ਼ਤੀ ਹਾਂ ਕੁਸ਼ਤੀ ਸ਼ੁਸ਼ਤੀ ਉਹ ਕਿਹੜੇ ਬੱਚਿਆਂ ਦੇ ਨਾਂ ਯਾਦ ਹੈ ਕੋਈ ਹਾਂਜੀ ਕੀ ਨਾਂ ਸੀ ਇੱਕ ਨਾ ਖਾਲਿਦ ਆਈ ਖਾਲਿਦ ਉਹ ਤਾਂ ਮੁਸਲਮਾਨਾਂ ਦਾ ਹੋ ਸੀ ਹਾਂ ਉਹ ਮੁਸਲਮਾਨ ਕੋਈ ਸਿੱਖਾਂ ਦੇ ਜਾਂ ਹਿੰਦੂਆਂ ਦੇ ਬੱਚਿਆਂ ਦੇ ਨਾਂ ਯਾਦ ਹੈ ਨਾ ਉਹ ਨਾ ਯਾਦ ਅੱਛਾ ਅੱਛਾ ਹਿੰਦੂਆਂ ਦੇ ਵਿੱਚੋਂ ਕੋਈ ਕਿਸੇ ਦਾ ਨਾਂ ਅੱਗੇ ਤੁਸੀਂ ਕੋਈ ਦੱਸਿਆ ਸੀ ਮੈਨੂੰ ਇੱਕ ਨਾਂ ਬੱਪਣ ਮਨਸ਼ਾ ਤਾਂ ਸਿੱਖ ਦਾ ਨਾਂ ਹੈ ਸਿੱਖ ਨਾਂ ਹਿੰਦੂ ਨਾਂ ਗੁਰਨਾਮ ਹੈ ਗੁਰਨਾਮ ਗੁਰੂ ਗੁਰੂ ਸਰੇ ਨਾ ਗੁਰੂ ਗੁਰੂ ਹਾਂ ਜੀ ਅੱਛਾ ਅੱਛਾ ਤੇ ਹਿੰਦੂ ਦਾ ਕੋਈ ਨਾਂ ਯਾਦ ਹੈ ਨਾ ਹਿੰਦੂ ਦਾ ਅੱਛਾ ਅੱਛਾ ਤੇ ਇਹ ਦੱਸੋ ਵੀ ਜਦੋਂ ਹੋਇਆ ਪਾਕਿਸਤਾਨ ਬਣਿਆ ਉਦੋਂ ਕੀ ਹਾਲਾਤ ਬਣੇ ਉਹਦੇ ਹਾਲਾਤ ਬੁਰੇ ਹਨ ਬਸ ਅੱਲਾ ਮਾਫ਼ੀ ਦੇ ਗਾਈਆਂ ਕੱਟੀਆਂ ਹੋਈਆਂ ਮੰਮੇ ਕੱਪੇ ਹੋਏ ਹਨ ਅੱਛਾ ਅੱਲਾ ਮਾਫ਼ੀ ਹਿੰਦੂ ਆਖਣ ਲੱਗਾ ਉਹ ਹਿੰਦੂ ਆ ਹਿੰਦੂ ਟੁੱਟਣ ਲੱਗਿਆ ਉਹ ਮੁਸਲਮਾਨ ਹੋ ਤੁਸੀਂ ਉੱਥੇ ਖਾਸੋ ਉੱਥੇ ਮੁਤਰੇ ਸੋ ਜਿੱਥੇ ਖਾਸੋ ਉੱਥਾਂ ਹੀ ਮੁਤਰੇ ਸੋ ਉੱਥਾਂ ਹੀ ਮੁਤਰੇ ਸੋ ਅੱਲਾ ਜੀ ਕਹਿੰਦੇ ਆ ਗਏ ਉਹ ਹਿੰਦੂ ਆਖਾ ਹਿੰਦੂ ਆਖਣ ਲੱਗਾ ਉਹਦਾ ਕਹਿੰਦਾ ਮੈਂ ਹਿੰਦੂ ਨਾ ਮੁਸਲਮਾਨ ਅੱਲਾ ਕਾ ਪੜਿਆ ਮੈਂ ਕੁਰਾਨ ਪੜਿਆ ਆਲ ਨਬੀ ਆਗ ਨੀ ਲੱਗਦੀ ਆਗ ਨੀ ਲੱਗਦੀ ਆਪਣੇ ਅੱਖੀਆਂ ਅੱਛਾ ਇਨਸਾਨੀਅਤ ਆਈ ਹੁੰਦੀ ਹਾਂ ਇਨਸਾਨੀਅਤ ਅੱਛਾ ਤੇ ਸਾਡੇ ਲੋਕਾਂ ਉਹਨਾਂ ਨਾਲ ਕੋਈ ਕੀਤਾ ਵਾਧਾ ਘਾਟਾ ਉਹਨਾਂ ਨੂੰ ਮਾਰਿਆ ਹਾਂ ਸਾਡੇ ਲੋਕਾਂ ਨੂੰ ਮਾਰਿਆ ਤੁਹਾਡੇ ਚੱਕ ਦੇ ਲੋਕਾਂ ਵੀ ਕੋਈ ਕੀਤਾ ਸਾਡੇ ਚੱਕ ਦੇ ਸਾਡੇ ਚੱਕ ਵਾਲੇ ਕੋਈ ਨੀ ਕੀਤਾ ਬਾਹਰ ਦੇ ਚੱਕ ਵਾਲੇ ਬਾਰੋਂ ਬਾਰੋਂ ਜਿਹੜੇ ਅੱਠ ਹਨ ਚਾਰ ਪੰਜ ਚੱਕ ਹਨ ਚਾਰ ਉਹ ਕਿਹੜੇ ਕਿਹੜੇ ਚੱਕਾਂ ਦੇ ਲੋਕ ਹਨ ਕੋਈ ਉਹ ਲੋਕ ਹਨ ਉਹ ਆਪਣੇ ਆਪਣੇ
ਇੱਕ ਸਰਗਾਣਾ ਸੁਲੇਮਾਨ ਸੁਲੇਮਾਨ ਸਰਗਾਣਾ ਹਾਂ ਜੀ ਸਰਗਾਣਾ ਸਿਆਲ ਸਿਆਲ ਅੱਛਾ ਉਹਨਾਂ ਬੜੇ ਮਾਰਿਆ ਉਹਨਾਂ ਨੇ ਮਾਰੇ ਹੈ ਤੇ ਹੋਰ ਹੋਰ ਕੈਸੇ ਉਹ ਕਿਹੜੇ ਚੱਕ ਦਾ ਹੈ ਉਹ 16 ਚੱਕ ਦਾ 16 ਚੱਕ ਦਾ ਤੇ ਮੀਆਂ ਚੰਨੂ ਦੇ ਨਾਲ ਹਾਂ ਮੀਆਂ ਚੰਨੂ ਦੇ ਨਾਲ 16 ਚੱਕ ਅੱਛਾ 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 ਇਹ ਦੱਸੋ ਬਜ਼ੁਰਗੋ ਵੀ ਉਹਨਾਂ ਦੀ ਕੋਈ ਔਰਤਾਂ ਜਾਂ ਬੱਚੇ ਕੋ ਰਹਿ ਵੀ ਗਏ ਸੀ ਇੱਥੇ ਹਾਂ ਰਹਿ ਗਏ ਰਹਿ ਗਏ ਸੀ ਹਾਂ ਰਹਿ ਗਏ ਮਰਾ ਦੀ ਰਹਿ ਗਏ ਕਲਮੇ ਪੜ ਗਏ ਕਲਮੇ ਪੜ ਲਏ ਹਾਂ ਉਹ ਕਿਹੜੇ ਚੱਕੇ ਚ ਰਹੇ ਉਹ ਉਥਾਂ ਹੀ ਰਹੇ ਉਸੇ ਸੱਤ ਚੱਕੇ ਰਹੇ ਸੱਤ ਚੱਕੇ ਚ ਉਹ ਕਲਮੇ ਪੜ ਗਏ ਉਹਨੇ ਮਾਰੇ ਨਾ ਮੁਸਲਮਾਨ ਮਾਰਿਆ ਨਹੀਂ ਨਾ ਮਾਰੇ ਨਹੀਂ ਅੱਛਾ ਤੁਸੀਂ ਉਹਨਾਂ ਨੂੰ ਮਿਲੇ ਬਾਅਦ ਚ ਹਾਂ ਮਿਲੇ ਉਹਨਾਂ ਦੇ ਫਿਰ ਕੀ ਨਾਂ ਰੱਖੇ ਉਹਦੇ ਨਾਂ ਹੁਣ ਯਾਦ ਨਹੀਂ ਸੱਤ ਚੱਕ ਚ ਹੈ ਨੇ ਵੱਡੀ ਉਮਰ ਹੋ ਗਈ ਉਹ ਹਿੰਦੂ ਸੀ ਜਾਂ ਸਿੱਖ ਸੀ ਉਹ ਸੱਤ ਚੱਕ ਚ ਸੱਤ ਹਿੰਦੂ ਹਨ ਸਿੱਖ ਹੀ ਹਨ ਅੱਛਾ ਹਜੇ ਉੱਥੇ ਉਹਨਾਂ ਦੇ ਫਿਰ ਬਾਲ ਬੱਚੇ ਉਥਾਂ ਹੀ ਹੈ ਹਾਂ ਬਾਲ ਬੱਚੇ ਉਹਦੇ ਮੁਸਲਮਾਨ ਯੋਗ ਹੈ ਮੁਸਲਮਾਨ ਕਲਮਾ ਪੜ ਜੋਗੇ ਦੀਨ ਕਲਮਾ ਪੜ ਗਏ ਹਾਂ ਅਸਾ ਕਲਮਾ ਤੋਂ ਨਾ ਪੜਿਆ ਨਾ ਉਹ ਨਹੀਂ ਜਾ ਸਕੇ ਵਿਚਾਰੇ ਬਰਹਿ ਗਏ ਇਸ ਵਾਸਤੇ ਪੜਿਆ ਨਾ ਉਹ ਕਿਸੇ ਲਈ ਲੋਟੀ ਪਈ ਆਏ ਨਾ ਲੋਟੀ ਪਈ ਮੁਸਲਮਾਨ ਮਾਰਨ ਲੱਗੇ ਕਲਮਾ ਪੜਨ ਮੁਸਲਮਾਨ ਮਾਰਨ ਲੱਗੇ ਮੁਸਲਮਾਨ ਆਖਿਆ ਅਸੀਂ ਕਲਮਾ ਪੜ ਲਓ ਵਾਕ ਨਹੀਂ ਮਰੇਂਦੇ ਨਹੀਂ ਮਰੇਂਦੇ ਅੱਛਾ ਤੇ ਉਹਨਾਂ ਨੇ ਕਲਮਾ ਪੜ ਲਿਆ ਪੜ ਲਿਆ ਹੇ ਤਾਂ ਜ਼ੁਲਮ ਹੈ ਕਿ ਡਰਾ ਕੇ ਕਲਮਾ ਪੜਾਉਣਾ ਹੈ ਤਾਂ ਮਾੜੀ ਗੱਲ ਹੈ ਮੁਸਲਮਾਨ ਨਹੀਂ ਆ ਗਿਆ ਇਹਵੇਂ ਨਹੀਂ ਹਾਂ ਸਮਝਾਉਂਦੇ ਨਹੀਂ ਨਾ ਇਹ ਗੱਲ ਨਹੀਂ ਹਾਂ ਤੇ ਉਹ ਹੁਣ ਕੋਈ ਜ਼ਿੰਦਾ ਹੀ ਹੈ ਉਹਨਾਂ ਚੋਂ ਤੁਹਾਨੂੰ ਕੋਈ ਯਾਦ ਹੈ ਕਿ ਬੰਦਾ ਹੋ ਸੀ ਉਹਨਾਂ ਚੋਂ ਮੈਨੂੰ ਯਾਦ ਨਹੀਂ ਅੱਛਾ ਠੀਕ ਹੈ ਠੀਕ ਹੈ ਅੱਛਾ ਹੇਣ ਸਹੀ ਮਤਲਬ ਇਹ ਪੱਕੀ ਗੱਲ ਹੈ ਕਿ ਰਹਿ ਗਏ ਹਾਂ ਰਹਿ ਗਏ ਔਰਤਾਂ ਵੀ ਕੋ ਰਹਿ ਗਈਆਂ ਹਾਂ ਔਰਤਾਂ ਹੀ ਰਹਿ ਗਈਆਂ ਪੱਕੀ ਗੱਲ ਹੈ ਪੱਕੀ ਗੱਲ ਕੋਈ ਯਾਦ ਹੈ ਵੀ ਉਹ ਕੋਈ ਕਿਹੜੀ ਕੌਮ ਦੇ ਸੀ ਹਿੰਦੂ ਜਾਂ ਸਿੱਖ ਨਾ ਨਾ ਕੀ ਕੰਮ ਕਰਦੇ ਸਹੀ ਇਹ ਦੁਕਾਨ ਇਹ ਕਿਰਾਣਾ ਕਰਦੇ ਹਨ ਦੁਕਾਨ ਕਿਰਾਣੇ ਦੀ ਦੁਕਾਨ ਸੱਤ ਚੱਕ ਕੇ ਛਾਈ ਸੱਤ ਚੱਕ ਪੂਰਾ ਸੱਤ ਚੱਕ ਕਿਹੜਾ ਕੀ ਨਾਂ ਹੈ ਸੱਤ ਦਾ ਅੱਗੋਂ ਕੀ ਆ ਦੇਣ ਉਹ ਮੀਆਂ ਚੰਨੂ ਤੋਂ ਕਿਤਨਾ ਵੱਡ ਹੈ ਕਿਤਨੀ ਦੂਰ ਹੈ ਉਹ ਬਾਬਾ ਸਾਰਾ ਵੱਡ ਮੀਲ ਯਾਰਾਂ ਕੋਈ ਅੱਡਾ ਨਾਲ ਹੋ ਸੀ ਕੋਈ ਪੁਰਾਣਾ ਵੱਡਾ ਪਿੰਡ ਕਿਹੜਾ ਹੈ ਉੱਥੇ ਨਾਲ ਉਹਦੇ ਨਾਲ ਪਿੰਡ ਆਈ ਆਪਣਾ ਸੱਤ ਚੱਕ ਅੱਠ ਚੱਕ ਦੇ ਨਾਲ ਕੋਈ ਵੱਡਾ ਬਸਤੀ ਹੋਵੇ ਕੋਈ ਜਿਵੇਂ ਫਤਿਹਪੁਰ ਹੈ ਇਵੇਂ ਦਾ ਕੋਈ ਉੱਥੇ ਵੱਡਾ ਕਸਬਾ ਹੋਵੇ ਕੋਈ ਲਾਗੇ ਨਾ ਨਾ ਉਹ ਛੋਟੇ ਛੋਟੇ ਕਸਬੇ ਆ ਵੱਡੇ ਵੱਡੇ ਕਸਬੇ ਕੋਈ ਨਹੀਂ ਸੱਤ ਚੱਕ ਅੱਠ ਚੱਕ 13 ਚੱਕ ਤੇ ਮੀਆਂ ਚੰਨੂ ਕਿਤਨੀ ਦੂਰ ਆਈ ਉੱਥੋਂ 13 ਮੀਲ 13 ਮੀਲ ਦੂਰ ਆਈ ਤੇ ਇਹ ਸੱਤ ਚੱਕ ਚ ਰਹਿ ਗਏ ਜਿਹੜੇ ਹਿੰਦੂ ਤੇ ਸਿੱਖ ਰਹਿ ਗਏ ਇਹ ਦੁਕਾਨਦਾਰ ਹਿੰਦੂ ਰਹਿ ਗਏ ਵਿਆਜ ਦਿੰਦੇ ਹਨ ਮੁਸਲਮਾਨ ਹਾਂ ਹਾਂ ਵਿਆਜ ਦਿੰਦੇ ਹਨ ਵਿਆਜ ਦਿੰਦੇ ਹਨ ਅੱਛਾ ਮੁਸਲਮਾਨ ਉਹਨਾਂ ਦੇ ਕੋਲੋਂ ਸੂਦ ਤੇ ਵਿਆਜ ਤੇ ਪੈਸੇ ਲੈਂਦੇ ਸੀ ਆਪਣੀ ਕੋਈ ਸ਼ੈ ਰੱਖ ਦੇਣੀ ਗਹਿਣੇ ਰੱਖ ਦੇਣੀ ਗਹਿਣੇ ਰੱਖ ਦੇਣੀ ਮੈਂ ਕੋਈ ਵਾਅਦਾ ਕਰ ਲਿਆ ਤੇਰੇ ਕੋਲ ਬੇਲੀ ਖਲੋਤੇ ਆਉਂਦੇ ਹਨ ਯਾ ਉਹ ਤਕੜੇ ਹਨ ਮਾਲ ਦੌਲਤ ਵਾਲੇ ਹਨ ਉਹ ਬੜੀ ਦੌਲਤ ਆਈ ਦੌਲਤ ਉਹਨਾਂ ਕੋਲ ਹਾਈ ਹਾਂਜੀ ਅੱਛਾ ਮੁਸਲਮਾਨ ਥੋੜੇ ਗਰੀਬ ਹਨ ਉੱਥੇ ਹਾਂ ਗਰੀਬ ਹਨ ਕੋਈ ਤਕੜਾ ਮੁਸਲਮਾਨ ਕਿਹੜਾ ਆਈ ਉੱਥੇ ਜ਼ਮੀਨ ਵਾਲਾ ਚੰਗਾ ਤਕੜਾ ਹੋਵੇ ਉਹ ਇਹੋ ਪੀਰ ਇਹੋ ਬਾਹੂ ਸੁਲਤਾਨ ਆਈ ਸਰਗਾਣਿਆਂ ਚੋਂ ਵੱਡਾ ਜ਼ਿਮੀਦਾਰ ਕਿਹੜਾ ਆਈ ਨਹੀਂ ਉਹ ਮੀਆਂ ਚੰਨੂ ਵਾਲਾ ਸਰਗਾਣਾ ਕੋਈ ਸੁਲੇਮਾਨ ਸਰਗਾਣਾ ਜਿਹੜਾ ਤੁਸੀਂ ਦੱਸਿਆ ਸੁਲੇਮਾਨ ਬੜਾ ਜ਼ਿਮੀਦਾਰ ਹੈ ਉਹਨੂੰ ਤੁਸੀਂ ਮਿਲੇ ਹੋ ਕਦੀ ਉਹ ਸਾਡੇ ਕੋਲ ਆਉਂਦਾ ਹੋਇਆ ਅੱਛਾ ਉਸ ਦੱਸਿਆ ਕਿ ਮੈਂ ਬੜੇ ਮਾਰੇ ਅੱਛਾ ਉਹ ਜ਼ਿੰਦਾ ਹੈ ਜਾਂ ਮਰ ਗਿਆ ਅੱਲਾ ਨਾਲ ਅਸੀਂ ਹੁਣ ਜ਼ਿੰਦਾ ਕਿਤੇ ਸਾਹ ਤੁਸੀਂ ਹਾਂ ਤੁਸੀਂ ਫਿਰ ਤੁਸੀਂ ਫਿਰ ਉੱਥੋਂ ਉੱਠ ਕੇ ਕਿੱਧਰ ਆਏ ਹੋ ਅਸਾਂ ਆਪਣੇ ਸਾਹ ਬੈਠੇ ਨੇ ਉਦਾਂ ਉਸੇ ਭੈਣੀ ਤੇ ਉਸੇ ਭੈਣੀ ਭੈਣੀ ਦਾ ਨਾਂ ਕੀ ਉਸ ਦਾ ਉਹ ਫਕੀਰਾਂ ਵਾਲੀ ਭੈਣੀ ਅੱਛਾ ਸੱਤ ਅੱਠ ਚੱਕ ਦੇ ਨਾਲ ਅੱਛਾ ਇਹ ਦੱਸੋ ਵੀ ਅੱਠ ਚੱਕ ਦੇ ਵਿੱਚ ਕਿਹੜੀ ਭੈਣੀ ਸੀ ਭੈਣੀ ਆਈ ਉਸ ਸੁੱਖ ਜਾਏ ਅਸਾਂ ਉਹ ਉਸ ਭੈਣੀ ਕੋਈ ਇੱਕ ਅੱਧੀ ਭੈਣੀ ਦਾ ਨਾਂ ਹੋਵੇ ਕਿਸੇ ਦਾ ਅੱਠ ਚੱਕ ਦੀ ਭੈਣੀ ਦਾ ਉੱਥੇ ਕੌਮਾਂ ਕਿਹੜੀਆਂ ਮੁਸਲਮਾਨ ਕਿਹੜੇ ਕਿਹੜੇ ਹਨ ਸਰਗਾਣੇ ਹਨ ਹੋਰ ਕਿਹੜੇ ਹਨ ਸਰਗਾਣੇ ਹਨ ਤੇ ਬਾਕੀ ਹਿੰਦੂ ਕੋਈ ਨਹੀਂ ਹਨ ਨਹੀਂ ਅੱਠ ਚੱਕ ਚ ਤਾਂ
ਮੁਸੱਲੀ ਵੀ ਹਨ ਕੁਟਾਣੇ ਵੀ ਹਨ ਫਿਰ ਤੁਸੀਂ ਕਦੋਂ ਸ਼ੁਰੂ ਕੀਤਾ ਮੋਚੀਆਂ ਵਾਲਾ ਕੰਮ? ਇਹ ਤਾਂ ਵਾਹਵਾ ਕੀਤਾ ਦੇਰ ਬਾਅਦ ਕੀਤਾ। ਅੱਛਾ, ਰੋਜ਼ ਵੀ ਬੰਦ ਕਰਨਾ ਤੁਸੀਂ? ਫਿਰ ਵਾਹੀ ਕਿਉਂ ਛੱਡ ਦਿੱਤੀ? ਇਹ ਕੰਮ ਔਖਾ ਹੈ ਇਸ ਵਾਸਤੇ? ਨਹੀਂ ਔਖਾ ਨਹੀਂ ਆਇਆ। ਹਾਂ ਹਾਂ, ਕਿਵੇਂ ਕਰੇ ਬਤਾ ਉਨੇ ਨਹੀਂ ਹੁੰਦੀ ਉਸ ਹਿਸਾਬ। ਪੁੱਤਰ ਕਿੰਨੇ ਆ ਤੁਹਾਡੇ? ਹੈ ਪੁੱਤ ਕੋ ਨਹੀਂ ਲੱਗਣਾ। ਧੀਆਂ? ਧੀਆਂ ਦੋ। ਅੱਲਾ ਤਾਲਾ ਸਲਾਮਤ ਰੱਖੇ, ਜ਼ਿੰਦਗੀ ਰੱਖੇ ਉਹਨਾਂ ਦੇ ਬੱਚੇ। ਪੁੱਤ ਦੋਤਰੇ ਹਨ? ਦੋਤਰੀਆਂ? ਹਾਂ ਦੋਤਰੀਆਂ, ਦੋਤਰਾ। ਅੱਛਾ, ਚਲੋ ਮਾਸ਼ਾ ਅੱਲਾ। ਹੁਣ ਕਿੱਥੇ ਬੈਠੇ ਹੋ? ਇਥੇ ਗਏ ਬੈਠੇ ਆ ਆਪਣੇ। ਇਹ 94 ਚ? 94, 294। ਇੱਥੇ ਕਿਤਨੇ ਸਾਲ ਹੋ ਗਏ? ਤੁਸੀਂ ਭੈਣੀ ਦਾ ਨਾਂ ਦੱਸਿਆ ਮੈਨੂੰ, ਫਿਰ ਜ਼ਿਹਨ ਚੋਂ ਨਿਕਲ ਗਿਆ ਜਿਹੜੀ 8 ਚੱਕ ਤੁਸੀਂ ਭੈਣੀ ਇੱਕ ਦੱਸੀ, ਕਿਹੜੀ ਨਾਂ ਸੀ ਭੈਣੀ ਦਾ? ਇਹ ਹੁਣੇ ਦੱਸੀ ਹੈ। ਚਲੋ ਵਿੱਚ ਰਿਕਾਰਡ ਹੋ ਗਈ। ਤੇ ਉਹ ਗੁਰਨਾਮ ਦੱਸਿਆ ਤੁਸੀਂ ਸਿੱਖ ਦਾ, ਹਿੰਦੂ ਦਾ ਨਾਂ? ਹਾਂ ਗੁਰਨਾਮ। ਤੇ ਮਨਸ਼ਾ? ਮਨਸ਼ਾ, ਮਨਸ਼ਾ ਸਿੰਘ ਹੈ। ਉਹ ਜ਼ਮੀਨ ਜ਼ਮੀਨ ਹੈ ਉਹ ਮਨਸ਼ਾ ਉਹਨਾਂ ਦੀ? ਹਾਂ ਬਹੁਤ ਜ਼ਮੀਨ ਹੈ ਜਿਹਦੇ ਤਾਂ ਨਹੀਂ ਆਪਾਂ ਮਿਲਿਆ ਦੁਨੀਆਂ ਨੂੰ ਆ ਕੇ। ਹਾਂ ਹਾਂ, ਇਹ ਮੁਸਲਮਾਨ ਕਿਹੜੇ ਉਦੋਂ ਆਏ ਨਾ ਉਹਨਾਂ ਜ਼ਮੀਨਾਂ ਮਿਲੀਆਂ। ਅੱਛਾ, ਕਦੀ ਉਹ ਵਾਪਸ ਜਦੋਂ ਚਲੇ ਗਏ ਇੱਥੋਂ, ਉਹਨਾਂ ਚੋਂ ਕੋਈ ਵਾਪਸ ਆਇਆ ਇੱਥੋਂ ਹਿੰਦੁਸਤਾਨ ਚੋਂ ਵਾਪਸ ਆਪਣੀ ਜਾ ਦੇਖਣ ਆਇਆ ਹੋਵੇ? ਨਾ ਨਾ, ਕੋਈ ਕੋਈ ਨਹੀਂ ਆਇਆ। ਅੱਛਾ, ਇਹ ਦੱਸੋ ਵੀ ਜਿਹੜਾ ਉਹ ਸੁਲੇਮਾਨ ਸਰਗਾਣਾ ਹੈ ਉਹ ਕਹਿ ਬਾਅਦ ਵਿੱਚ ਆਦਾ ਹੈ ਵੀ ਯਾਰ ਮੈਂ ਮਾਰੇ ਹਨ, ਮੈਂ ਚੰਗਾ ਨਹੀਂ ਕੀਤਾ, ਬੜਾ ਪਛਤਾਵਾ ਹੈ ਮੈਨੂੰ? ਨਹੀਂ ਇਹ ਸਾਨੂੰ ਨਹੀਂ ਆਉਂਦਾ। ਅੱਛਾ, ਜ਼ੁਲਮ ਬਹੁਤ, ਬੜੇ ਜ਼ੁਲਮ ਇੰਤਜ਼ਾਮ ਮੁਸਲਮਾਨਾਂ ਨੇ ਕੀਤੇ ਜ਼ੁਲਮ, ਉਹਨਾਂ ਹੀ ਕੀਤੇ। ਹਾਂ, ਜਿਹੜਾ ਜਿਹੜਾ ਜੇ ਕੀਤਾ ਮਰਨਾ ਚਾਹੀਦਾ। ਆਖਰ ਰੱਬ ਕੋਲ ਜਾਣਾ, ਆਪਣਾ ਮਾਫੀ ਮੰਗ ਕੇ ਜਾਣੀ ਚਾਹੀਦੀ। ਛੋਟੇ ਛੋਟੇ ਤੁਸੀਂ ਆਪ ਦੇਖੇ, ਬੜਾ ਦੁੱਖ ਲੱਗਦਾ ਸੀ ਉਸ ਵੇਲੇ। ਹੈ ਇਨਸਾਨ ਇਨਸਾਨ ਕੋ ਮਾਰੇ ਹੈ? ਅੱਲਾ ਤਾਲਾ ਕਰਮ ਕਰੇ। ਚਲੋ ਜਿਹੜਾ ਜਿਹੜੇ ਮਾਰੇ ਗਏ ਬਸ ਅੱਲਾ ਤਾਲਾ ਉਹਨਾਂ ਦੀ ਗਾਂ ਸਬਰ ਦੇਵੇ ਹੈ। ਉਹਨਾਂ ਦੀ ਬੱਚੇ ਬਾਲ ਬੱਚੇ ਯਾਦ ਕਰਦੇ ਉਸ ਸਮੇਂ ਉਹ ਦੁਖੀ ਹੁੰਦੇ ਉਸ ਸਮੇਂ? ਲੱਗਦਾ ਲੱਗਦਾ ਇਨਸਾਨ ਨੂੰ ਲੱਗਦਾ ਜੀ, ਜਾਨਵਰ ਮਰ ਜਾਏਗਾ ਉਹਦਾ ਦੁੱਖ ਲੱਗਦਾ, ਲੱਗਦਾ ਲੱਗਦਾ। ਚਲੋ ਅੱਲਾ ਤਾਲਾ ਤੁਹਾਨੂੰ ਸਲਾਮਤ ਰੱਖੇ, ਤੁਹਾਡੀ ਉਮਰ ਦਰਾਜ਼ ਕਰੇ। ਚੰਗਾ ਲਓ ਬੇਟਾ।